500 ਸਾਲਾਂ ਤੋਂ ਬਾਅਦ ਔਰ ਇਹਦੀ ਆਵਾਜ਼ ਦੇ ਵਿੱਚ ਇੰਨੀ ਗਰਜ ਹੈ ਕਿ ਕਫਰ ਡਰ ਗਿਆ ਹੈ। ਓਏ ਦੱਸੋ ਯਜ਼ੀਦ ਦੇ ਦਰਬਾਰ ਦੇ ਵਿੱਚ ਸੈਯਦਾ ਜ਼ੈਨਬ ਦੀ ਆਵਾਜ਼ ਕੀ ਹੋਏਗੀ? ਐ ਬੜੀ ਖਾਸ ਗੱਲ ਕਰ ਰਿਹਾ ਜੇ, ਬੜੀ ਖਾਸ ਗੱਲ, ਔਰ ਹੋ ਸਕੇ ਤੇ ਆ ਸੋਸ਼ਲ ਮੀਡੀਆ ਤੇ ਇਹਨੂੰ ਤੁਸੀਂ ਅੱਗੇ ਵਾਇਰਲ ਵੀ ਕਰ ਸਕਦੇ ਹੋ, ਤੁਹਾਨੂੰ ਇਜਾਜ਼ਤ ਹੈ, ਠੀਕ ਹੈ। ਇਹ ਬੜੀ ਖਾਸ ਗੱਲ, ਸਾਰੀਆਂ ਕਰੋ ਲੇਕਿਨ ਇਹ ਬੜੀ ਖਾਸ ਗੱਲ ਜੀ। ਔਰ ਉਹ ਕਿਹਾ ਹੈ, ਅਗਰ ਮਾਵਾਂ ਭੈਣਾਂ ਸੁਣ ਰਹੀਆਂ ਨੇ ਤਾਂ ਉਹਨਾਂ ਨੂੰ ਚਾਹੀਦਾ ਹੈ ਪਰਦੇ ਦਾ ਇਹਤਮਾਮ ਕਰਨ। ਪੂਰੀ ਦੁਨੀਆ ਇਸ ਵੇਲੇ ਪਰਦੇ ਦੇ ਖਿਲਾਫ ਹੈ, ਔਰ ਤੁਸੀਂ ਵੇਖਿਆ ਪਰਸੋਂ ਇੰਡੀਆ ਦੇ ਵਿੱਚ ਉਹ ਇੱਕ ਬੱਚੀ ਜਿਹਦਾ ਨਾਮ ਮੁਸਕਾਨ ਹੈ ਉਹਦੇ ਨਾਲ ਕੀ ਕੀਤਾ, ਉਹ ਇੱਕ ਜੱਥਾ ਆ ਗਿਆ, ਉਹਨਾਂ ਨਾਅਰੇਬਾਜ਼ੀ ਕੀਤੀ ਔਰ ਕਈ ਦਿਨਾਂ ਤੋਂ ਤੰਗ ਕਰ ਰਹੇ ਸਨ, ਔਰ ਬਕਾਇਦਾ ਹੁਣ ਉੱਥੇ ਜਲੂਸ ਨਿਕਲ ਰਹੇ ਨੇ ਬਈ ਔਰਤਾਂ ਪਰਦਾ ਨਹੀਂ ਕਰ ਸਕਦੀਆਂ। ਉਹਨੇ ਆਖਿਆ ਮੇਰਾ ਇਸਲਾਮ ਹੈ, ਮੇਰਾ ਮਜ਼ਹਬ ਹੈ, ਮੇਰੇ ਮਜ਼ਹਬ ਦੇ ਵਿੱਚ ਇਹਦਾ ਹੁਕਮ ਹੈ, ਮੇਰੇ ਸੋਹਣੇ ਨਬੀ ਨੇ ਫਰਮਾਇਆ ਹੈ, ਮੇਰੇ ਰੱਬ ਦਾ ਹੁਕਮ ਹੈ ਅਤੇ ਮੈਂ ਤਾਂ ਕਰਨਾ ਹੀ ਕਰਨਾ ਹੈ। ਉਹਨਾਂ ਨੇ ਜਦੋਂ ਜੱਥਾ ਬਣ ਕੇ ਰੋਕਣ ਦੀ ਕੋਸ਼ਿਸ਼ ਕੀਤੀ ਨਾ ਤਾਂ ਉਹਨੇ ਜਿਹੜੀ ਤਕਬੀਰ ਅੱਲਾਹੁ ਅਕਬਰ ਦੀ ਆਖੀ ਹੈ ਨਾ, ਯਕੀਨ ਕਰੋ ਉਸ ਔਰਤ ਨੇ ਮੁਸਲਮਾਨਾਂ ਦਾ ਸਿਰ ਫਖਰ ਤੋਂ ਬੁਲੰਦ ਕੀਤਾ ਔਰ ਕਾਫਰਾਂ ਨੂੰ ਆਪਣੇ ਪੈਰਾਂ ਦੇ ਥੱਲੇ ਰੋਲ ਕੇ ਰੱਖ ਛੱਡਿਆ ਉਹਨੇ। ਔਰ ਇੰਜ ਦੀ ਔਰਤ, ਇੰਜ ਦੀ ਔਰਤ ਸੁਣ ਲਓ, ਮੈਂ ਹਜ਼ਾਰ ਮਲਾਲਾ ਇਹਦੇ ਕਦਮਾਂ 'ਤੇ ਰੱਖ ਕੇ ਕੁਰਬਾਨ ਕਰਦੇ ਹਾਂ। ਉਹ ਤਾਂ ਉੱਥੇ ਚੱਲ ਕੇ ਉਹਨਾਂ ਦੀ ਬੋਲੀ ਬੋਲਣ ਲੱਗ ਪਈ, ਇਸਲਾਮ ਦੀ ਬੇਟੀ ਆ ਹੈ ਜਿਹਨੇ ਕਾਫਰਾਂ ਦੇ ਸਾਹਮਣੇ ਵੀ ਅੱਲਾਹੁ ਅਕਬਰ ਦਾ ਨਾਰਾ ਲਾਇਆ। ਔਰ ਦੂਸਰੀ ਬਾਤ, ਉਹ ਫੇਸਬੁੱਕ 'ਤੇ ਕਿਸੇ ਨੇ ਲਿਖਿਆ ਸੀ ਬਈ ਇਹ ਸ਼ੇਰਨੀ ਹੈ, ਸ਼ੇਰਨੀ ਡਰੀ ਨਹੀਂ। ਤਾਂ ਇੱਕ ਹਿੰਦੂ ਨੇ ਥੱਲੇ ਲਿਖਿਆ, ਕਹਿੰਦਾ ਸ਼ੇਰਨੀ ਤਾਂ ਜੰਗਲ 'ਚ ਕੱਪੜਿਆਂ ਤੋਂ ਬਗੈਰ ਤੁਰਦੀ ਫਿਰਦੀ ਹੈ ਅਤੇ ਇਹ ਤੁਹਾਡੀ ਸ਼ੇਰਨੀ ਨੇ ਤਾਂ ਕੱਪੜੇ ਪਾਏ ਨੇ, ਇਹ ਕਿੱਥੋਂ ਦੀ ਸ਼ੇਰਨੀ ਹੋਈ? ਮੈਂ ਕਿਹਾ ਕਾਸ਼ ਮੈਂ ਤੇਰੇ ਸਾਹਮਣੇ ਹੁੰਦਾ, ਮੈਂ ਜਵਾਬ ਦਿੰਦਾ, ਲੇਕਿਨ ਮੈਂ ਹੁਣ ਦਿੰਦਾ ਪਿਆ ਜੇ, ਹੌਸਲੇ ਨਾ ਸੁਣਿਆ ਜੇ। ਮੈਂ ਕਿਹਾ ਵੈਸੇ ਤਾਂ ਗਾਂ ਵੀ ਕੱਪੜਿਆਂ ਤੋਂ ਬਗੈਰ ਹੁੰਦੀ, ਉਹ ਤੇਰੀ ਮਾਂ ਕਿਵੇਂ ਬਣ ਗਈ ਹੈ ਹਿੰਦੂ ਆ, ਮੈਨੂੰ ਦੱਸ ਤਾਂ ਸਹੀ ਨਾ। ਵੈਸੇ ਤਾਂ ਗਾਂ ਵੀ ਬਗੈਰ ਕੱਪੜਿਆਂ ਤੋਂ, ਤੇਰੀ ਮਾਂ ਕਿਵੇਂ ਬਣ ਗਈ? ਤੇਜ ਵਾਲੇ ਬੜੇ ਦਾਤ ਦਿੱਤੀ, ਇਹ ਵੀ ਗੱਲ ਸੁਣਿਆ ਜੇ। ਮੈਂ ਕਿਹਾ ਫਿਰ ਇੱਕ ਹੋਰ ਗੱਲ ਸੁਣੋ, ਆਹਲੇ ਬੈਦ ਦੇ ਜਿੰਨੇ ਆਸ਼ਿਕ ਬੈਠੇ ਹੋ ਤਵੱਜੋ ਫਰਮਾਣਾ, ਔਰ ਸੁਣਨੀ ਹੀ ਆਸ਼ਿਕ ਹੁੰਦਾ ਜੇ, ਹੁਣ ਲੱਗ ਜਾਏ ਪਤਾ ਹੱਥ ਨਹੀਂ ਥੱਲੇ ਕਰਨੇ ਇਸ ਗੱਲ 'ਤੇ। ਮੈਂ ਆਖਿਆ ਇੱਕ ਔਰਤ 1400 ਸਾਲਾਂ ਤੋਂ ਬਾਅਦ ਔਰ ਇਹਦੀ ਆਵਾਜ਼ ਦੇ ਵਿੱਚ ਇੰਨੀ ਗਰਜ ਹੈ ਕਿ ਕੁਫਰ ਡਰ ਗਿਆ ਹੈ। ਓਏ ਦੱਸੋ ਯਜ਼ੀਦ ਦੇ ਦਰਬਾਰ ਦੇ ਵਿੱਚ ਸੈਯਦਾ ਜ਼ੈਨਬ ਦੀ ਆਵਾਜ਼ ਕੀ ਹੋਏਗੀ? ਦੱਸੋ ਮੈਨੂੰ ਕੀ ਆਵਾਜ਼ ਹੋਏਗੀ? ਤੁਸਾਂ ਕੀ ਸਮਝਿਆ? ਸਮਝ ਆਈ? ਇਹ ਹੁਸੈਨ ਦੀ ਭੈਣ ਹੈ ਤੇ ਅਲੀ ਦੀ ਧੀ ਹੈ। ਲਕਲਾ ਦੱਸੋ ਯਾਰੋ ਦੀ ਲਲਕਾਰ ਦਾ ਆਲਮ ਕੀ ਹੋਏਗਾ? ਇਹਦਾ ਮਤਲਬ ਹੈ, ਔਰ ਸੁਣੋ ਅਗਲਾ ਜੁਮਲਾ, ਖੁਦਾ ਦੀ ਕਸਮ ਤੜਪ ਜਾਓਗੇ, ਮੇਰੇ ਨਬੀ ਨੇ ਫਰਮਾਇਆ ਸੀ ਧੀਆਂ ਨੂੰ ਕਤਲ ਨਹੀਂ ਕਰਨਾ, ਪੂਰਨਾ ਨਹੀਂ। ਅੱਗੇ ਕਿਸੇ ਨੂੰ ਸਮਝ ਆਈ ਜਾਂ ਨਹੀਂ ਆਈ? ਅੱਜ ਸਮਝ ਜਾਓ, ਇਹ ਇੱਕ ਧੀ ਹੈ ਜਿਹਨੇ ਰੱਬ ਦੀ ਤਕਬੀਰ ਦਾ ਨਾਰਾ ਬੁਲੰਦ ਫਰਮਾਇਆ ਜੇ। ਧੀਆਂ ਬਚਾਈਆਂ ਸਨ ਨਬੀ ਨੇ ਨਾ, ਤੇ ਉਹਨਾਂ ਨੇ ਵੀ ਅੱਜ ਨਾਰਾ ਲਾ ਕੇ ਦੱਸ ਛੱਡਿਆ ਵੀ ਯਾਰ ਸੁੱਲਾ, ਜੇ ਤੁਸਾਂ ਸਾਨੂੰ ਬਚਾਇਆ ਤੇ ਅਸਾਂ ਵੀ ਵੇਖੋ ਫਿਰ ਨਾਰਾ ਲਾਇਆ ਹੈ। ਇਸ ਵਾਸਤੇ ਮੇਰੀ ਬਾਹੋਂ ਬਹਿਣੋ ਕੋ ਚਾਹੀਏ, ਪਰਦਾ ਕਰੇ ਖੁਦਾ ਕੇ ਲੀਏ, ਇਸ ਬਾਤ ਕੋ ਸਮਝੋ। ਸੈਯਦਾ ਖਾਤੂਨ ਜੰਨਤ ਰਜ਼ੀ ਅੱਲਾਹੁ ਅਨਹਾ, ਆਪ ਕੀ ਸੀਰਤ ਕੋ ਪੜ੍ਹੋ, ਅੰਮੀ ਜਾਨ ਆਇਸ਼ਾ ਸਿੱਦੀਕਾ ਕੀ ਸੀਰਤ ਕੋ ਪੜ੍ਹੋ, ਹਜ਼ਰਤ ਰਾਬੀਆ ਬਸਰੀਆ ਕੀ ਸੀਰਤ ਕੋ ਪੜ੍ਹੋ, ਤੁਮੇ ਪਤਾ ਚਲੇ ਇਸਲਾਮ ਕੀ ਬੇਟੀਆਂ ਕੈਸੀ ਗੁਜ਼ਰੀ ਹੈ ਤੁਮਨੇ ਵੈਸੇ ਆਪਣੀ। ਔਰ ਕਹਾਂ ਹੈ ਵੋ ਲੰਡੇ ਬਾਜ਼ਾਰ ਕੀ ਔਰਤੇ ਬਾਜ਼ਾਰੀ, ਜੋ ਸਾਲ ਕੇ ਬਾਅਦ ਨਿਕਲਤੀ ਹੈ ਮੇਰਾ ਜਿਸਮ ਮੇਰੀ ਮਰਜ਼ੀ, ਔਰ ਕਹਤੀ ਹਮ ਔਰਤੋਂ ਕੇ ਹਕੂਕ ਕੇ ਲੀਏ ਹੈ। ਮੈਨੇ ਕਹਾ ਵੋ ਪਰਦਾ ਕਰਨੇ ਵਾਲੀ ਔਰਤ ਕਾ ਵੀ ਹੱਕ ਹੈ, ਹੁਣ ਤੇਰੀ ਮਾਂ ਨੇ ਬੋਲਣਾ ਹੈ, ਔਰ ਨਿਕਲਤੀ ਉਹਦੇ ਹੱਕ 'ਚ ਬੋਲ। ਇਸ ਕਾ ਮਤਲਬ ਹੈ ਤੁਮ ਬੇਗੈਰਤੀ ਕੇ ਲੀਏ ਬੋਲ ਸਕਤੀ ਹੋ, ਇਸਲਾਮ ਕੇ ਲੀਏ ਨਹੀਂ ਬੋਲ ਸਕਤੀ, ਔਰ ਵੋ ਬੇਟੀ ਇਸਲਾਮ ਕੇ ਲੀਏ ਬੋਲੀ ਹੈ। ਜਬ ਤੁਮਨੇ ਬੇਗੈਰਤੀ ਕੀ, ਸਾਰੇ ਜਹਾਨ ਨੇ ਤੁਮ ਪੇ ਲਾਨਤ ਭੇਜੀ, ਕਿਉਂਕਿ ਤੁਮ ਇਸੀ ਕੀ ਮੁਸਤਹਿਕ ਹੋ। ਉਹ ਬਾਜ਼ਾਰੀ ਔਰਤੋ, ਉਸ ਬੱਚੀ ਨੇ ਅੱਲਾਹ ਕਾ ਨਾਮ ਲਿਆ ਹੈ, ਸਭ ਸਲਾਮ ਕਰ ਰਹੇ ਹੈ, ਵੋ ਇਸੀ ਲਾਇਕ ਹੈ ਕਿ ਉਸਨੇ ਇਸਲਾਮ ਕਾ ਸਰ ਫਖਰ ਸੇ ਬੁਲੰਦ ਕੀਆ ਹੈ। ਬਾਤ ਸਮਝ ਆਈ ਕਿ ਕੋਈ ਨਹੀਂ ਆਈ ਆਪ ਹਜ਼ਰਾਤ ਕੋ? ਇਸ ਵਾਸਤੇ ਇਸ ਬਾਤ ਕੋ ਸਮਝਣੇ ਕੀ ਕੋਸ਼ਿਸ਼ ਕਰੇ, ਔਰ ਜ਼ਮਾਨੇ ਕੋ ਬਤਾ ਦੋ। ਯੇ ਕਹਤੇ ਹੈ ਯੇ ਜੋ ਦੁਨੀਆ ਨਾ ਯੇ ਲਿਬਰਲਿਜ਼ਮ ਕੀ ਤਰਫ ਜਾ ਰਹੀ ਹੈ, ਸੈਕੂਲਰਿਜ਼ਮ ਕੀ ਤਰਫ। ਉਹ ਮੈਂ ਆਖਿਆ ਉਹ ਹੁਣ ਦੱਸੋ ਕਿੱਧਰ ਪਈ ਜਾਂਦੀ ਹੈ? ਯੇ ਉਮਤ ਮਦੀਨੇ ਕੀ ਤਰਫ ਜਾ ਰਹੀ ਹੈ, ਔਰ ਮਦੀਨੇ ਵਾਲੇ ਕੀ ਸੁਨਤੋਂ ਕੀ ਤਰਫ ਜਾ ਰਹੀ ਹੈ। ਆਪ ਇਨਕੋ ਲਿਬਰਲਿਜ਼ਮ ਕੀ ਤਰਫ ਨਹੀਂ ਲੈ ਕੇ ਜਾ, ਯੇ ਚੰਦ ਡੱਬੂ ਮੱਬੂ ਕੱਬੂ ਛੱਬੂ ਯੇ ਮਿਲ ਕੇ ਨਹੀਂ ਲੈ ਕੇ ਜਾ ਸਕਤੇ। ਯਹਾਂ ਤੋ ਬੜੀ ਕੋਸ਼ਿਸ਼ ਕੀ ਹਮਾਰੇ ਉਲਮਾ ਨੇ, ਆਪ ਦੇਖੇ ਆਲਾ ਹਜ਼ਰਤ ਕੋ, ਆਪ ਦੇਖੇ ਖਾਜਾ ਮੋਇਨ ਪਾਕ ਕੋ, ਮਹਿਰੇ ਅਲੀ ਕੋ, ਜਮਾਤ ਅਲੀ ਕੋ, ਗੌਸੇ ਜਲੀ ਕੋ,
आप देखें मेरे दाता लाहौरी को, आप देखें मेरे बाबा फरीद को, आप देखें हजरत सुल्तान बाहू को, आप देखें अब्दुल लतीफ भिटाई को, आप देखें सुल्तान उल हिंद को, आप देखें मुजद्दद अल फिसानी को, आप देखें अब्दुल्ला शाह गाजी को, आप देखें सहमन का बादशाह कलंदर शहबाज को, ये सारे के सारे तुम्हें मदीने की तरफ लेके जाना चाहते हैं। और उन्हीं के नक्शे कदम पर चलते हुए बड़े बड़े उलमा उठे जिन्होंने तुम्हारा रुख मोड़ा दुनिया से और मदीने की तरफ कर दिया। बहुत बड़े बड़े नाम आए, पर दो नाम लेकर मैं फख्र महसूस करता हूं। एक का नाम इलियास कादरी है और दूसरे का नाम बाबा खादिम हुसैन।